ਜਿੱਥੇ ਪੰਜਾਬ ਭਰ ਦੇ ਵਿੱਚ ਤੇਲ ਦੀ ਕਿੱਲਤ ਨੇ ਵੱਖ ਵੱਖ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਪਰੇਸ਼ਾਨ ਕੀਤਾ। ਉੱਥੇ ਇੱਕ ਨੌਜਵਾਨ ਦਾ ਇੰਨਾ ਮਾੜਾ ਹਾਲ ਹੋਇਆ ਕਿ ਉਹਨੂੰ 3 ਕਿਲੋਮੀਟਰ ਤੱਕ ਮੋਟਰਸਾਈਕਲ ਰੋੜ ਕੇ ਲਿਆਉਣਾ ਪਿਆ। ਉਹਦੇ ਨਾਲ ਕੀ ਵਾਪਰਿਆ ਦੇਖੋ ਇਸ ਪੂਰੀ ਵੀਡੀਓ। ਹਾਂਜੀ, ਚੱਕਰਾ ਕੇ ਗਿਰ ਗਏ ਸੀ। 3-4 ਕਿਲੋਮੀਟਰ ਤੋਂ ਮੈਂ ਸਰ ਤੁਰਿਆ ਆ ਰਿਹਾ ਸੀਗਾ ਅਤੇ ਪਿੱਛੇ ਪੰਪ ਤੋਂ ਵੀ ਤੇਲ ਨਹੀਂ ਮਿਲਿਆ ਅਤੇ ਸਵੇਰ ਦਾ ਕੁਛ ਵੀ ਨਹੀਂ ਖਾਧਾ ਪੀਤਾ ਅਤੇ ਇਸ ਕਰਕੇ ਉਰੇ 3-4 ਕਿਲੋਮੀਟਰ ਤੋਂ ਮੈਂ ਤੁਰਿਆ ਰਿਹਾ ਸੀ। ਉਰੇ ਆ ਕੇ ਚੱਕਰ ਆ ਕੇ ਡਿੱਗ ਗਏ ਜੀ। ਹਾਂਜੀ, ਉਰੇ ਮੌਕੇ 'ਤੇ ਉਰੇ ਲੋਕਾਂ ਨੇ ਚੱਕਿਆ ਜੀ ਆ ਕੇ ਅਤੇ ਬਹੁਤ ਦਿੱਕਤ ਆ ਰਹੀ ਹੈ। ਨਹੀਂ, ਤੇਲ ਜਮ੍ਹਾਂ ਵੀ ਨਹੀਂ ਪਿਆ, ਇੱਕ ਬੂੰਦ ਵੀ ਤੇਲ ਦੀ ਨਹੀਂ ਹੈਗੀ ਅਤੇ ਮੋਟਰਸਾਈਕਲ ਹੜਤਾਲ ਕਰਕੇ ਕਿੰਨਾ ਅਸਰ ਪੈ ਰਿਹਾ? ਬਹੁਤ ਜ਼ਿਆਦਾ ਅਸਰ ਪੈ ਰਿਹਾ ਜੀ। ਮੈਂ 4 ਕਿਲੋਮੀਟਰ ਤੋਂ ਤੁਰਿਆ ਰਿਹਾ ਜੀ, ਮਗਰੋਂ ਬਹੁਤ ਦਿੱਕਤ ਆ ਰਹੀ ਹੈ ਜੀ, ਪਿੱਛੇ ਵੀ ਪੰਪ ਤੋਂ ਤੇਲ ਨਹੀਂ ਮਿਲਿਆ ਜੀ। ਇਹ ਤਾਂ ਵੀਰੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਹਨ ਲੋਕ, ਇਹ ਤਾਂ ਇਕੱਲਾ ਕੀ ਬਹੁਤ ਪਿੱਛੋਂ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਨੇ। ਪਿੱਛੋਂ ਮੈਂ ਦੇਖਦਾ ਆ ਰਿਹਾ, ਇੱਥੇ ਆ ਕੇ ਪੰਪ 'ਤੇ ਰੁਕਿਆ, 3 ਪੰਪਾਂ 'ਤੇ ਮੈਂ ਪਿੱਛੇ ਰੁਕਿਆ, ਕਿਤੋਂ ਤੇਲ ਨਹੀਂ ਮਿਲਿਆ। ਹੁਣ ਤੱਕ ਬਹੁਤ ਲੋਕ ਇੱਥੋਂ ਚਲੇ ਗਏ ਅਤੇ ਬਹੁਤ ਹੀ ਖੜੇ ਨੇ ਗੇ। ਹਾਂ, ਇਹਨੂੰ ਅਸੀਂ ਆ ਕੇ ਚੱਕਿਆ ਗਾ, ਇੱਥੇ ਬੇਹੋਸ਼ ਡਿੱਗਿਆ ਸੀਗਾ ਬੇਹੋਸ਼ ਹੋ ਕੇ, ਅਤੇ ਬਹੁਤ ਜ਼ਿਆਦਾ ਤੰਗੀ ਹੈ, ਯਾਨੀ ਕਿ ਵੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਗੇ। ਸਰਕਾਰ ਨੂੰ ਮਾੜਾ ਮੋਟਾ ਸੋਚਣਾ ਚਾਹੀਦਾ ਗਾ ਵੀ ਇੰਨਾ ਜ਼ਿਆਦਾ ਧੱਕਾ ਨਾ ਕਰੇ, ਅਤੇ ਜਿਹੜਾ ਵੀ ਇਹਨਾਂ ਦਾ ਟਰੈਕ ਕੀਤੀ ਹੋਈ ਹੈਗੀ, ਇਹਨਾਂ ਦਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਗਾ। ਅਜੇ ਤਾਂ ਪਹਿਲਾ ਹੀ ਦਿਨ, ਅੱਜ ਅੱਗੇ ਦੇਖੋ 3 ਦਿਨ ਪਏ ਨੇ ਹਜੇ, ਜਲਦੀ ਤੋਂ ਜਲਦੀ ਕੋਈ ਸਰਕਾਰ ਨੂੰ ਹੱਲ ਕੱਢਣਾ ਚਾਹੀਦਾ ਗਾ। ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਸਾਨੂੰ ਸਵੇਰ ਤੋਂ ਹੀ ਹੋ ਰਿਹਾ ਜੀ, ਅਤੇ ਕਈ ਲੋਕ ਸਾਡੇ ਨਾਲ ਲੜ ਕੇ ਜਾ ਰਹੇ ਨੇ ਵੀ ਤੇਲ ਪਾਓ, ਤੇਲ ਹੈ ਨਹੀਂ, ਅਸੀਂ ਤੇਲ ਕਿੱਥੋਂ ਪਾ ਦਈਏ? ਜਿੰਨਾ ਕੁ ਹੈਗਾ ਸੀ ਅਸੀਂ ਉਹ ਪਾਤਾ, ਅਤੇ ਬਾਕੀ ਜੋ ਮਤਲਬ ਹੈਗਾ ਬਹੁਤ ਜ਼ਿਆਦਾ ਲੋਕ ਆ ਰਹੇ ਨੇ, ਤੁਸੀਂ ਦੇਖ ਰਹੇ ਹੋ, ਬਹੁਤ ਪਰੇਸ਼ਾਨੀਆਂ ਹੋ ਰਹੀਆਂ ਨੇ।